ਹੁਣ ਗੱਲ ਆ ਗਈ ਝੋਨੇ ਦੀ ਇੱਕ ਪਾਸੇ ਤਾਂ ਇਸ ਗੱਲ ਦਾ ਬਹੁਤ ਵੱਡਾ ਰੌਲਾ ਪਾਇਆ ਜਾ ਰਿਹਾ ਵੀ ਹਾਏ ਪਾਣੀ ਖਤਮ ਹੋ ਗਿਆ ਹਾਏ ਪਾਣੀ ਖਤਮ ਹੋ ਗਿਆ ਜ਼ਿਮੀਂਦਾਰੋਂ ਝੋਨਾ ਨਾਂ ਲਾਓ ਜ਼ਿਮੀਂਦਾਰੋਂ ਝੋਨਾ ਨਾਂ ਲਾਓ ਤੇ ਦੂਜੇ ਪਾਸੇ ਉਹੀ ਝੋਨਾ ਮੰਡੀ 'ਚ ਜਾਂਦਿਆਂ ਵਿਕ ਜਾਂਦਾ ਉਹਦੀ ਪੇਮੈਂਟ 15 ਦਿਨਾਂ ਦੇ ਅੰਦਰ-ਅੰਦਰ ਜ਼ਿਮੀਂਦਾਰ ਨੂੰ ਕਰ ਦਿੱਤੀ ਜਾਂਦੀ ਹੈ ਆ ਗੱਲ ਬਈ ਗੌਰ ਨਾਲ ਸੁਣਿਓ ਤੁਸੀਂ ਉਸ ਪਿਆਜ਼ ਨੂੰ ਕਦੇ ਕੱਟ ਕੇ ਦੇਖਿਓ ਤੁਹਾਨੂੰ ਐ ਮਹਿਸੂਸ ਹੋਊਗਾ ਵੀ ਜਿਵੇਂ ਇਹ ਪਲਾਸਟਿਕ ਦਾ ਬਣਿਆ ਹੋਇਆ ਹੈ ਦੇਸੀ ਪਿਆਜ਼ چیر ਕੇ ਦੇਖ ਲਿਓ ਇੱਕ ਪਾਸੇ ਇੱਕ ਪਾਸੇ ਜਿਹੜਾ ਹਾਈਬ੍ਰਿਡ ਬੀਜ ਪਿਆਜ਼ ਉਹ ਚੀਜ਼ ਤੁਹਾਨੂੰ ਪਤਾ ਲੱਗ ਜਾਊਗਾ ਵੀ ਕੀ ਫਰਕ ਹੈ ਹੁਣ ਕੀ ਹੋਇਆ ਆਪਣਾ ਖਾਣਾ-ਦਾਣਾ ਉਹਨਾਂ ਨੇ ਕਿਸਾਬ ਦਾ ਡੁਪਲੀਕੇਟ ਕਰਤਾ ਬਈ ਸਬਜ਼ੀਆਂ ਦੇ ਬੀਜ ਆਪਣੇ ਹਾਈਬ੍ਰਿਡ ਬਣਾਤੇ ਹਾਂਜੀ ਜ਼ਿਮੀਂਦਾਰੋ ਕੀ ਹਾਲ ਚਾਲ ਨੇ ਸਾਰੇ ਭਰਾਵੋ ਆਹ ਵੀਡੀਓ ਖਾਸ ਕਰਕੇ ਜ਼ਿਮੀਂਦਾਰ ਭਰਾਵਾਂ ਲਈ ਆ ਬਈ ਮੈਂ ਬਹੁਤ ਵੀਡੀਓ ਦੇ ਵਿੱਚ ਇਹ ਰੌਲਾ ਪਾਉਂਦਾ ਹੁੰਨਾ ਕਿ ਆਪਣੀਆਂ ਜ਼ਮੀਨਾਂ ਇੱਕ ਨਾ ਇੱਕ ਦਿਨ ਖੋਣਗੇ 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 ਭਾਵੇਂ ਤੁਸੀਂ ਇਹ ਸੌਰੀ ਦਿਓ ਵੀ ਯਾਰ ਆਪਣੀ ਜ਼ਮੀਨ ਕੌਣ ਖੋਲੂਗਾ ਇਹ ਨਾ ਸੋਚੋ ਵੀ ਆਪਣੀਆਂ ਜ਼ਮੀਨਾਂ ਵੀ ਡਾਂਗਾਂ ਲੈ ਕੇ ਖੋਣ ਆਉਣਗੇ ਜਾਂ ਮੰਨ ਲਾ ਕੋਈ ਹੋਰ ਆਊਗਾ ਖੋਣ ਵਾਸਤੇ ਨਹੀਂ ਬਈ ਇਸ ਤਰ੍ਹਾਂ ਨਹੀਂ ਖੋਣਦੇ ਆਪਣੀਆਂ ਜ਼ਮੀਨਾਂ ਖੋਣਗੇ ਤੇ ਜ਼ਮੀਨਾਂ ਆਪਾਂ ਆਪ ਉਹਨਾਂ ਦੇ ਹੱਥਾਂ 'ਚ ਸੌਂਪ ਕੇ ਆਵਾਂਗੇ ਆ ਲੋ ਸਾਡੀਆਂ ਜ਼ਮੀਨਾਂ ਸਾਬ ਲਓ ਤੁਸੀਂ ਹੁਣ ਸੋਚੋਗੇ ਇਹ ਤਾਂ ਕਮਲੀਆਂ ਮਾਰੀ ਜਾਂਦਾ ਇਹ ਰਾਂ ਜ਼ਮੀਨ ਕੌਣ ਦੇਣ ਲੱਗਾ ਉਹਨਾਂ ਨੇ ਨਾ ਬਈ ਆਪਣਾ ਗਲ ਘੁੱਟਣਾ ਹੈ ਤੇ ਉਹ ਆਪਣਾ ਗਾਲ ਘੁੱਟ ਵੀ ਰਹੇ ਨੇ ਪਰ ਉਹ ਘੁੱਟ ਇਸ ਹਿਸਾਬ ਨਾਲ ਰਹੇ ਨੇ ਵੀ ਆਪਾਂ ਨੂੰ ਮਹਿਸੂਸ ਨਹੀਂ ਹੋ ਰਿਹਾ ਕਿਉਂਕਿ ਜੇ ਆਪਣਾ ਗਾਲ ਇੱਕਦਮ ਜੱਕਦਮ ਘੁੱਟਣਗੇ ਤਾਂ ਆਪਾਂ ਚੀਕਾ ਮਾਰਾਂਗੇ ਆਪਾਂ ਬੋਲਾਂਗੇ ਤੇ ਜੇ ਉਹ ਆਪਣਾ ਗਾਲ ਹੌਲੀ-ਹੌਲੀ ਘੁੱਟਣਗੇ ਤਾਂ ਆਪਾਂ ਨੂੰ ਪਤਾ ਨਹੀਂ ਲੱਗਣਾ ਆਪਣੇ ਗਾਲ 'ਚ ਉਹਨਾਂ ਨੇ ਰੱਸਾ ਪਾਇਆ ਹੋਇਆ ਪਰ ਉਹ ਹੌਲੀ-ਹੌਲੀ ਉਸ ਰੱਸੇ ਨੂੰ ਕੱਸ ਰਹੇ ਨੇ ਆਪਣਾ ਗਾਲ ਹੌਲੀ-ਹੌਲੀ ਘੁੱਟ ਰਹੇ ਨੇ ਤੇ ਇੱਕ ਹੌਲੀ-ਹੌਲੀ ਜਾ ਕੇ ਆਪਾਂ ਕਿੰਨਾ ਇੱਕ ਦਿਨ ਖਤਮ ਹੋ ਜਾਾਂਗੇ ਹੁਣ ਮੁੱਦੇ ਦੀ ਗੱਲ ਜਿਹੜੀ ਵੀਡੀਓ ਸਾਰੀ ਦੇਖ ਲਿਓ ਉਸ ਤੋਂ ਬਾਅਦ ਕਮੈਂਟ ਕਰਿਓ ਉਸ ਤੋਂ ਬਾਅਦ ਸ਼ੇਅਰ ਕਰਿਓ ਪਹਿਲਾਂ ਵੀਡੀਓ ਸਾਰੀ ਦੇਖ ਲਿਓ ਪਹਿਲਾਂ ਉਹਨਾਂ ਨੇ ਕੀ ਕੀਤਾ ਕਿਉਂਕਿ ਉਹਨਾਂ ਦੀਆਂ ਜਿਹੜੀਆਂ ਸਕੀਮਾਂ ਹੁੰਦੀਆਂ ਨੇ ਬਹੁਤ ਲੰਮੀਆਂ ਹੁੰਦੀਆਂ ਨੇ ਸਾਲ 2 ਸਾਲ ਨਹੀਂ 20 20 ਸਾਲ ਐਡਵਾਂਸ ਸੋਚਦੇ ਆ ਪਹਿਲਾਂ ਵੀ ਕੀ ਕਰਨਾ ਤੇ ਕਿਵੇਂ ਕਰਨਾ ਸਭ ਤੋਂ ਪਹਿਲਾਂ ਜਿਹੜੇ ਜ਼ਿਮੀਂਦਾਰ ਆਪਦੇ ਘਰਾਂ ਦੇ ਵਿੱਚ ਆਪਾਂ ਬੀਜ ਰੱਖਦੇ ਸੀ ਫਸਲਾਂ ਦੇ ਕਣਕ ਦਾ ਬੀਜ ਰੱਖ ਲਿਆ ਝੋਨੇ ਦਾ ਬੀਜ ਰੱਖ ਲਿਆ ਆਪਦੀਆਂ ਸਬਜ਼ੀਆਂ ਦੇ ਬੀ ਪਕਾ ਕੇ ਰੱਖ ਲਏ ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਉਹ ਜੂੜ ਵੜਿਆ ਵੀ ਜੀਮੀਦਾਰ ਆਪ ਦਾ ਬੀਜ ਆਪ ਨਾ ਪੈਦਾ ਕਰ ਸਕੇ ਆਪ ਦਾ ਬੀਜ ਆਪ ਦੇ ਘਰੇ ਨਾ ਬਣਾ ਸਕੇ ਹੁਣ ਤੁਸੀਂ ਦੇਖੋ ਵੀ ਆਪਾਂ ਜਿੰਨੇ ਵੀ ਜੀਮੀਦਾਰਾ ਕੋਈ ਟਮਾਟੱਲਾ ਦਾ ਕਣਕ ਜਾਂ ਝੋਨੇ ਦਾ ਬੀਜ ਘਰੇ ਰੱਖਦਾ ਹੋਊਗਾ ਨਹੀਂ ਤੇ ਬਾਹਲੇ ਆਪਾਂ ਜੀਮੀਦਾਰ ਦੁਕਾਨਾਂ ਤੋਂ ਬੀਜ ਲਿਆ ਕੇ ਬੀਜਦੇ ਆ ਕਿਉਂਕਿ ਆਪਣੇ ਦਿਮਾਗ ਦੇ ਵਿੱਚ ਇਹ ਗੱਲਾਂ ਪਈਆਂ ਗਈਆਂ ਕਿ ਉਹ ਬੀਜ ਵਧੀਆ ਹੁੰਦਾ ਉਹਨਾਂ ਨੂੰ ਦਵਾਈਆਂ ਲੱਗੀ ਹੁੰਦੀਆਂ ਉਹਨਾਂ ਦੀ ਸੋਧ ਕੀਤੀ ਹੁੰਦੀ ਹੈ ਦੂਜੀ ਪਾਸੇ ਸਬਜ਼ੀਆਂ ਦਾ ਬੀ ਆਜੋ ਹਾਂਜੀ ਆਹਾ ਕਿਹੜੀ ਵੈਰਾਈਟੀ ਆ ਗਈ ਇਹ ਹਾਈਬ੍ਰਿਡ ਬੀ ਆ ਗਿਆ ਹੁਣ ਜਿਹੜਾ ਹਾਈਬ੍ਰਿਡ ਬੀਜ ਆ ਉਹ ਸਾਰਿਆਂ ਨੂੰ ਪਤਾ ਹੈ ਕਿ ਜੇ ਉਹ ਆਪਾਂ ਘਰੇ ਉਸ ਬੀਜ ਨੂੰ ਪਕਾ ਕੇ ਰੱਖਦੇ ਰੱਖ ਲੈਣੇ ਆ ਤਾਂ ਦੂਜੀ ਵਾਰ ਉਸ ਬੀਜ ਤੋਂ ਵਧੀਆ ਸਬਜ਼ੀਆਂ ਨਹੀਂ ਪੈਦਾ ਹੁੰਦੀਆਂ ਜਾਂ ਵਿੱਚ ਉਹ ਨਾ ਹਾਈਬ੍ਰਿਡ ਦਾ ਬੀ ਕੇ ਰੱਖ ਲੈ ਦੂਜੀ ਵਾਰ ਉਹ ਵਧੀਆ ਝਾੜ ਨਹੀਂ ਦਿੰਦਾ ਹੁਣ ਤੁਸੀਂ ਜਿਹੜੀਆਂ ਸਬਜ਼ੀਆਂ ਦੇ ਬੀ ਆ ਦੇਖੋ ਜੀ ਆ ਖੀਰਾ ਹਾਈਬ੍ਰਿਡ ਆ ਗਿਆ ਆ ਗੰਡੇ ਹਾਈਬ੍ਰਿਡ ਆ ਗਏ ਆ ਮੂਲੀਆਂ ਹਾਈਬ੍ਰਿਡ ਆ ਗਈਆਂ ਜੀ ਆ ਗੋਭੀ ਹਾਈਬ੍ਰਿਡ ਆ ਗਈ ਆ ਕੱਦੂ ਹਾਈਬ੍ਰਿਡ ਆ ਗਿਆ ਤਰ੍ਹਾਂ ਤਰ੍ਹਾਂ ਦੀਆਂ ਸਬਜ਼ੀਆਂ ਦੇ ਬੀਜ ਹਾਈਬ੍ਰਿਡ ਆਉਣ ਲੱਗੇ ਹੁਣ ਗੱਲ ਕਿੱਥੇ ਮੁੱਕਦੀ ਹੈ ਵੀ ਆਪਣੇ ਚ ਸਬਰ ਨਹੀਂ ਹੈਗਾ ਬਈ ਕਿਉਂਕਿ ਜਿਹੜੇ ਦੇਸੀ ਦੇਸੀ ਮੂਲੀਆਂ ਹੋ ਗਈਆਂ ਦੇਸੀ ਪਿਆਜ਼ ਹੋਗੇ ਦੇਸੀ ਕੱਦੂ ਹੋ ਗਿਆ ਜਾਂ ਦੇਸੀ ਗਾਜਰਾਂ ਹੋ ਗਈਆਂ ਉਹ ਸਬਜ਼ੀਆਂ ਥੋੜੀਆਂ ਲੇਟ ਤਿਆਰ ਹੁੰਦੀਆਂ ਸੀ ਉਹਨਾਂ ਦੀ ਪੈਦਾਵਾਰ ਥੋੜੀ ਜਿਹੀ ਘੱਟ ਹੁੰਦੀ ਸੀ ਪਰ ਉਹਨਾਂ ਨੇ ਕੀ ਕਰਿਆ ਆਪਾਂ ਨੂੰ ਹਾਈਬ੍ਰਿਡ ਵਾਲੇ ਪਾਸੇ ਖਿੱਚਣ ਵਾਸਤੇ ਉਹਨਾਂ ਨੇ ਕੀ ਕਰਿਆ ਹਾਈਬ੍ਰਿਡ ਬੀਜ ਪੈਦਾ ਕੀਤੇ ਜਿਨ੍ਹਾਂ ਤੋਂ ਸਬਜ਼ੀਆਂ ਬਹੁਤ ਛੇਤੀ ਤਿਆਰ ਹੋਣ ਲੱਗ ਗਈਆਂ ਤੇ ਬਹੁਤ ਜ਼ਿਆਦੀ ਮੰਨ ਲਓ ਮਾਤਰਾ ਚ ਪੈਦਾ ਹੋਣ ਲੱਗੀ ਸਬਜ਼ੀ ਮੰਨ ਲਓ ਕਦੂਆ ਕਦੂ ਬਹੁਤ ਜ਼ਿਆਦੇ ਲੱਗਣ ਲੱਗੇ ਖੀਰੇ ਮੰਨ ਲਓ ਡਣਾ ਜੀ ਕਿੰਨੇ-ਕਨੇ ਲੱਗ ਜਾਂਦੇ ਆ ਹਨਾ ਪਰ ਤੁਸੀਂ ਕਦੇ ਇਹ ਸੋਚਿਆ ਵੀ ਜਿਹੜੇ ਦੇਸੀ ਪਿਆਜ਼ ਹੁੰਦੇ ਸੀ ਦੇਸੀ ਮੂਲੀ ਸੀ ਜਾਂ ਦੇਸੀ ਖੀਰੇ ਹੁੰਦੇ ਸੀ ਪਹਿਲਾਂ ਉਹਨਾਂ ਦੇ ਸਵਾਦ ਦਾ ਤੇ ਹਾਈਬ੍ਰਿਡ ਜਿਹੜੇ ਸਬਜ਼ੀਆਂ ਉਹਨਾਂ ਦੇ ਸਵਾਦ ਦਾ ਦਿਨ ਰਾਤ ਦਾ ਫਰਕ ਹੈ ਬਈ ਇਹ ਜਮ੍ਹਾਂ ਇੱਕ ਹਿਸਾਬ ਦੇ ਫੋਕੇ ਨੇ ਮੰਨ ਲਓ ਇਹ ਆਪਾਂ ਕਹਿ ਦਈਏ ਵੀ ਇਹ ਸਬਜ਼ੀਆਂ ਇੱਕ ਹਿਸਾਬ ਦੀਆਂ ਜਮ੍ਹਾਂ ਹੀ ਡੁਪਲੀਕੇਟ ਨੇ ਤੁਸੀਂ ਜਿਹੜੇ ਹੁਣ ਵੱਡੇ ਵੱਡੇ ਪਿਆਜ਼ ਆਉਂਦੇ ਅੱਧਾ ਦਾ ਪੌਣਾ ਪਣਾ ਕਿਲੋ ਦੇ ਆਈ ਡੇੜੇ ਪਿਆਜ਼ ਹੁੰਦੇ ਆ ਜਿਹੜੇ ਤੁਸੀਂ ਉਸ ਪਿਆਜ਼ ਨੂੰ ਕਦੇ ਕੱਟ ਕੇ ਦੇਖਿਓ ਤੁਹਾਨੂੰ ਐ ਮਹਿਸੂਸ ਹੋਊਗਾ ਵੀ ਜਿਵੇਂ ਇਹ ਪਲਾਸਟਿਕ ਦਾ ਬਣਿਆ ਹੋਇਆ ਦੇਸੀ ਪਿਆਜ਼ چیر ਕੇ ਦੇਖ ਲਿਓ ਇੱਕ ਪਾਸੇ ਇੱਕ ਪਾਸੇ ਜਿਹੜਾ ਹਾਈਬ੍ਰਿਡ ਬੀਜ ਪਿਆਜ਼ ਉਹ ਚੀਜ਼ ਤੁਹਾਨੂੰ ਪਤਾ ਲੱਗ ਜਾਊਗਾ ਵੀ ਕੀ ਫਰਕ ਹੈ ਹੁਣ ਕੀ ਹੋਇਆ ਆਪਣਾ ਖਾਣਾ-ਦਾਣਾ ਉਹਨਾਂ ਨੇ ਕਿਸਾਬ ਦਾ ਡੁਪਲੀਕੇਟ ਕਰਤਾ ਬਾਈ ਸਬਜ਼ੀਆਂ ਦੇ ਬੀਜ ਆਪਣੇ ਹਾਈਬ੍ਰਿਡ ਬਣਾਤੇ ਫਸਲਾਂ ਦੇ ਬੀਜ ਕੁਝ ਹਾਈਬ੍ਰਿਡ ਬਣਾਤੇ ਕੁੱਲ ਮਿਲਾ ਕੇ ਜਿਹੜੇ ਆਪਣੇ ਘਰਾਂ ਚੋਂ ਆਪਾਂ ਆਪਦੇ ਆਪਣੇ ਦਾਦੇ ਪੜਦਾਦੇ ਪਹਿਲਾਂ ਬੀਜ ਘਰੇ ਰੱਖ ਲੈਂਦੇ ਸੀ ਉਹ ਬੀਜ ਉਹਨਾਂ ਨੇ ਖਤਮ ਕਰਤੇ ਆਪਾਂ ਨੂੰ ਆਪਦੇ ਅਧੀਨ ਕਰ ਲਿਆ ਹੁਣ ਆਪਾਂ ਭੱਜੇ ਨੇ ਦੁਕਾਨ ਤੋਂ ਬੀਜ ਲੈਣ ਵਾਸਤੇ ਹੁਣ ਗੱਲ ਆ ਗਈ ਝੋਨੇ ਦੀ ਇੱਕ ਪਾਸੇ ਤਾਂ ਇਸ ਗੱਲ ਦਾ ਬਹੁਤ ਵੱਡਾ ਰੌਲਾ ਪਾਇਆ ਜਾ ਰਿਹਾ ਵੀ ਹਾਏ ਪਾਣੀ ਖਤਮ ਹੋ ਗਿਆ ਹਾਏ ਪਾਣੀ ਖਤਮ ਹੋ ਗਿਆ ਜ਼ਿਮੀਂਦਾਰੋਂ ਝੋਨਾ ਨਾ ਲਾਓ ਜ਼ਿਮੀਂਦਾਰੋਂ ਝੋਨਾ ਨਾ ਲਾਓ ਤੇ ਦੂਜੇ ਪਾਸੇ ਉਹੀ ਝੋਨਾ ਮੰਡੀ 'ਚ ਜਾਂਦਿਆਂ ਵਿਕ ਜਾਂਦਾ ਉਹਦੀ ਪੇਮੈਂਟ 15 ਦਿਨਾਂ ਦੇ ਅੰਦਰ-ਅੰਦਰ ਜ਼ਿਮੀਂਦਾਰ ਨੂੰ ਕਰ ਦਿੱਤੀ ਜਾਂਦੀ ਹੈ ਆ ਗੱਲ ਬਈ ਗੌਰ ਨਾਲ ਸੁਣਿਓ ਉਸ ਦੇ ਉਲਟ ਗੰਨੇ ਦੀ ਖੇਤੀ ਹੁਣ ਜਿਹੜਾ ਗੰਨਾ ਹੈ ਬਈ ਗੰਨਾ ਸਾਲ ਬਾਅਦ ਤਿਆਰ ਹੁੰਦਾ ਹੈ ਹਨਾ ਉਦੋਂ ਤੁਸੀਂ ਸੋਚੋ ਪਾਣੀ ਦੀ ਖਪਤ ਵੀ ਬਹੁਤ ਘੱਟ ਹੈ ਤੇ ਉਹਦਾ ਉਤਪਾਦਨ ਵੀ ਪੰਜਾਬ ਦੇ ਵਿੱਚ ਬਹੁਤ ਘੱਟ ਹੈ ਹੁਣ ਜਿਹੜਾ ਗੰਨਾ ਹੈ ਉਹਦਾ ਉਤਪਾਦਨ ਵੀ ਘੱਟ ਹੈ ਉਹ ਉਹ ਵੇਖਦਾ ਵੀ ਲੇਟ ਹੈ ਤੇ ਉਹਦੇ ਪੈਸੇ 6-6 ਮਹੀਨੇ ਸਾਲ-ਸਾਲ ਜ਼ਿਮੀਂਦਾਰ ਨੂੰ ਨਹੀਂ ਦਿੱਤੇ ਜਾਂਦੇ ਜਿਹੜੀਆਂ ਦਾਲਾਂ ਦੂਲਾਂ ਬੀਜਦੇ ਆ ਉਹਨਾਂ ਦਾ ਵੀ ਮੰਨ ਲਓ ਆਪ ਨੂੰ ਮਾਰਕੀਟ 'ਚ ਵਧੀਆ ਰੇਟ ਨਹੀਂ ਮਿਲਦਾ ਕੁੱਲ ਮਿਲਾ ਕੇ ਜ਼ਿਮੀਂਦਾਰ ਨੂੰ ਉਹਨਾਂ ਫਸਲਾਂ ਤੋਂ ਦੂਰ ਕੀਤਾ ਗਿਆ ਜਿਹੜੀਆਂ ਜ਼ਿਮੀਂਦਾਰ ਵਾਸਤੇ ਫਾਇਦੇਮੰਦ ਸੀ ਜਿਨ੍ਹਾਂ ਨਾਲ ਧਰਤੀ ਦੇ ਪਾਣੀ ਦੀ ਬਹੁਤ ਘੱਟ ਖਪਤ ਹੋਣੀ ਸੀ ਜ਼ਿਮੀਦਾਰ ਨੂੰ ਮਸ਼ੀਨਰੀ ਦੀ ਬਹੁਤ ਘੱਟ ਲੋਡ ਪੈਣੀ ਸੀ ਵੱਡੇ ਟਰੈਕਟਰ 4x4ਾਂ ਦੀ ਲੋਡ ਨਹੀਂ ਸੀ ਪੈਣੀ ਜੇ ਉਹ ਗੰਨੇ ਦੀ ਖੇਤੀ ਕਰਦਾ ਜਾਂ ਦਾਲਾਂ ਬੀਜਦਾ ਉਸ ਪਾਸੇੋਂ ਜ਼ਿਮੀਦਾਰ ਨੂੰ ਦੂਰ ਕੀਤਾ ਗਿਆ ਕਿਉਂਕਿ ਉਹ ਜ਼ਿਮੀਦਾਰ ਲਈ ਇੱਕ ਘਾਟੇ ਦਾ ਸੌਦਾ ਬਣਾ ਦਿੱਤਾ ਗਿਆ ਜਦੋਂ ਜ਼ਿਮੀਦਾਰ ਦੀ ਫਸਲ ਨਾ ਵੀ ਕੀ ਜ਼ਿਮੀਦਾਰ ਉਹਨੂੰ ਕਿਉਂ ਵੇਚੂਗਾ ਜੇ ਜ਼ਿਮੀਦਾਰ ਨੂੰ ਮੌਕੇ ਤੇ ਪੈਸੇ ਨਾ ਮਿਲੇ ਤਾਂ ਜ਼ਿਮੀਦਾਰ ਉਹਨੂੰ ਕਿਉਂ ਵੇਚੂਗਾ ਹੁਣ ਦੂਜੇ ਪਾਸੇ ਸੋਚਣ ਵਾਲੀ ਗੱਲ ਇਹ ਹੈ ਵੀ ਛੋਣ ਦੇ ਨਾਲ ਇੱਕ ਤਾਂ ਪਾਣੀ ਵੀ ਕਪਤ ਸਭ ਤੋਂ ਵੱਧ ਹੁੰਦੀ ਹੈ ਦੂਜੇ ਪਾਸੇ ਉਹੀ ਝੋਨਾ ਛੇਤੀ ਖਰੀਦਿਆ ਜਾਂਦਾ ਉਹੀ ਝੋਨੇ ਦੇ ਪੈਸੇ ਆਪਣੀ ਛੇਤੀ ਦਿੱਤੇ ਜਾਂਦੇ ਆ ਫਿਰ ਜ਼ਿਮੀਂਦਾਰ ਕਿਹੜੇ ਪਾਸੇ ਜਾਓ ਗੰਨੇ ਵਾਲੇ ਪਾਸੇ ਜਾਓ ਜਾਂ ਝੋਨੇ ਵਾਲੇ ਪਾਸੇ ਜਾਓ ਝੋਨੇ ਵਾਲੇ ਪਾਸੇ ਜਾਓ ਅੱਜ ਤੋਂ 10 ਸਾਲ ਪਹਿਲਾਂ ਕੋਈ ਨਹੀਂ ਸੀ ਪਤਾ ਵੀ ਹਾਂ ਪਰਾਲੀ ਦੇ ਲੋਕੀ ਉਦੋਂ ਵੀ ਸਾੜਦੇ ਸੀਗੇ ਪਰ ਹੁਣ ਕਿਉਂ ਇਸ ਗੱਲ ਦਾ ਛੋਸ਼ਾ ਬਣਾਇਆ ਜਾਂਦਾ ਵੀ ਹਾਏ ਨਾ ਪਰਾਲੀ ਸਾੜੋ ਹਾਏ ਪਰਾਲੀ ਨਾ ਸਾੜੋ ਪ੍ਰਦੂਸ਼ਣ ਹੋ ਗਿਆ ਜੀ ਪ੍ਰਦੂਸ਼ਣ ਹੋ ਗਿਆ ਕਿੰਨੀਆਂ ਫੈਕਟਰੀਆਂ ਚੱਲਦੀਆਂ ਨੇ ਦਿਨ ਰਾਤ ਉਹਨਾਂ ਦਾ ਧੂਆ ਨਿਕਲਦਾ ਹੈ ਕਿੰਨਾ ਫੈਕਟਰੀਆਂ ਚੋਂ ਗੰਦਾ ਪਾਣੀ ਧਰਤੀ ਦੇ ਵਿੱਚ ਪਾਇਆ ਜਾਂਦਾ ਉਹਨਾਂ ਦਾ ਕੋਈ ਰੌਲਾ ਨਹੀਂ ਉਹਨਾਂ ਦਾ ਕੋਈ ਬੰਦਾ ਨਾ ਨਹੀਂ ਲੈਂਦਾ ਸਿਰਫ ਨਾਂ ਕਹਾਦਾ ਲਿਆ ਜਾਂਦਾ ਜਿੰਮੇਦਾਰਾਂ ਦੀ ਪਰਾਲੀ ਦਾ ਵੀ ਇਹ ਪ੍ਰਦੂਸ਼ਣ ਕਰਦੇ ਨੇ ਹਾਈਪਰ ਕੁੱਲ ਮਿਲਾ ਕੇ ਗੱਲ ਕੀ ਹੈ ਗੱਲ ਇਹ ਹੈ ਕਿ ਕੰਪਨੀਆਂ ਨੇ ਤੁਹਾਨੂੰ ਆਪਦੇ ਮਹਿੰਗੀ ਮਹਿੰਗੀ ਮਸ਼ੀਨਰੀ ਵੇਚਣੀ ਹੈ ਜ਼ਮੀਨਾਂ ਤਾਂ ਉਹਨਾਂ ਨੇ ਆਪਣੀਆਂ ਖੋਣੀਆਂ ਖੋਣੀਆਂ ਨੇ ਪਰ ਉਸ ਤੋਂ ਪਹਿਲਾਂ ਉਹਨਾਂ ਨੇ ਇਹ ਨਹੀਂ ਕਿਹਾ ਵੀ ਜ਼ਮੀਨਾਂ ਆਪਣੇ ਤੋਂ 30 ਸਾਲ ਬਾਅਦ ਜਾ ਕੇ ਆਪਾਂ ਨੂੰ ਦੇਵਾਂਗੇ ਤੇ ਉਹ ਆਰਾਮ ਨਾਲ ਬੈਠੇ ਦੇਖੀ ਜਾਣਗੇ ਨਹੀਂ ਉਹਨਾਂ ਨੇ ਨਾਲ ਦੀ ਨਾਲ ਆਪਦਾ ਬਿਜ਼ਨਸ ਵੀ ਕਰਨਾ ਹੈ ਹੁਣ ਉਹਨਾਂ ਨੇ ਕਿਹਾ ਤਾਂ ਵੀ ਤੁਸੀਂ ਪ੍ਰਾਲੀ ਨਾ ਸਾੜੋ ਹੌਲੀ ਹੌਲੀ ਚੂੜੀ ਟੈਟ ਕਰੀਏ ਤੇ ਵੀ ਪ੍ਰਾਲੀ ਨਹੀਂ ਸਾੜਨ ਦੇਣੀ ਹੁਣ ਜੇ ਪ੍ਰਾਲੀ ਨਹੀਂ ਸਾੜਾਂਗੇ ਤੁਹਾਨੂੰ ਪਤਾ ਹੈ ਵੀ ਆ ਸੁਪਰ ਸੀਡਰ ਆ ਕੇ ਹੈਪੀ ਸੀਡਰ ਆ ਕੇ ਵੱਧ ਤੋਂ ਵੱਧ ਮਹਿੰਗੇ ਤੋਂ ਮਹਿੰਗੇ ਸੰਦ ਬਣਾਈ ਜਾਂਦੇ ਆ ਹੁਣ ਜਿਹੜੇ ਆ ਸੁਪਰ ਸੀਡਰ ਆ ਕੇ ਜਾਂ ਹੋਰ ਮਹਿੰਗੇ ਮਹਿੰਗੇ ਸੰਦ ਆ ਕੇ ਜਿਨ੍ਹਾਂ ਦਾ ਪ੍ਰਾਲੀ ਲੋਟ ਨਹੀਂ ਜਿਨ੍ਹਾਂ ਬਣਾ ਪ੍ਰਾਲੀ ਲੋਟ ਨਹੀਂ ਆਉਂਦੀ ਉਹਨਾਂ ਨੂੰ ਖਿੱਚਣ ਲਈ ਟਰੈਕਟਰ ਵੀ ਵੱਡੇ ਚਾਹੀਦੇ ਆ 4x4 ਚਾਹੀਦੇ ਆ ਹੁਣ ਉਹਨਾਂ ਨੇ ਤਕਨੀਕ ਬਣਾਈ ਵੀ ਜ਼ਿਮੀਂਦਾਰਾਂ ਦੇ ਘਰੇ 4x4 ਟਰੈਕਟਰ ਕਿਵੇਂ ਬਾੜਦੇ ਨੇ ਆ ਮਹਿੰਗੇ ਮਹਿੰਗੇ ਸੰਦ ਕਿਵੇਂ ਬਾੜਦੇ ਨੇ ਤਾਂ ਉਹਨਾਂ ਨੇ ਇਹੀ ਗੱਲ ਦਾ ਰੌਲਾ ਪਾਉਣਾ ਸ਼ੁਰੂ ਕਰਤਾ ਕਿ ਜ਼ਿਮੀਂਦਾਰ ਪ੍ਰਦੂਸ਼ਣ ਕਰਦੇ ਨੇ ਜੀ ਪਰਾਲੀ ਸਾੜਦੇ ਨੇ ਜੀ ਆਪਾਂ ਨੂੰ ਹੁਣ ਪਰਾਲੀ ਸਾੜਨ ਤੋਂ ਹਟਾਇਆ ਜਾ ਰਿਹਾ ਤੇ ਮਹਿੰਗੇ ਮਹਿੰਗੇ ਸੰਦ ਆਪਣੇ ਘਰਾਂ 'ਚ ਬਾੜੇ ਜਾ ਰਹੇ ਨੇ ਮਤਲਬ ਆਪਾਂ ਨੂੰ ਕਰਜ਼ਾਈ ਕੀਤਾ ਜਾ ਰਿਹਾ ਹੁਣ ਟਰੈਕਟਰ 4x4 ਫੋਰ ਕਢਾਵਾਂਗੇ 14-15 ਲੱਖ ਰੁਪਏ ਕਿਹਦੇ ਘਰੇ ਪਿਆ ਕਿਸੇ ਦੇ ਘਰੇ ਨਹੀਂ ਪਿਆ ਕੀ ਕਰਾਂਗੇ ਲੋਨ ਹੀ ਕਰਾਵਾਂਗੇ ਭਾਈ ਕੀ ਹੈ ਮਜਬੂਰੀ ਹੈ ਵੀ ਪ੍ਰਾਣੀ ਨਹੀਂ ਖੁੰਝੇ ਲੱਗਦੀ ਕਿਸੇ ਹਿਸਾਬ ਨਾਲ ਆ ਮਹਿੰਗੇ ਮਹਿੰਗੇ ਸੰਦ ਉਹ ਵੀ ਕੀ ਕਰਾਵਾਂਗੇ ਜੇ ਲਾਉਣ ਲਾਵਾਂਗੇ ਜਾਂ ਆੜਤੀ ਤੋਂ ਫੜਾਂਗੇ ਬਾਈ ਜਿਹੜਾ ਛੋਟਾ ਜ਼ਿਮੀਂਦਾਰ ਹੈ ਉਹ ਐਡਾ ਮਹਿੰਗਾ ਸੰਦ ਸੰਡੇੜਾ ਲੈ ਨਹੀਂ ਸਕਦਾ ਉਹ ਕਿਰਾਏ ਤੇ ਬਜਾਊਗਾ ਉਹਦਾ ਕਿਰਾਇਆ ਬੜਾ ਜ਼ਿਆਦਾ ਹੁੰਦਾ ਉਹ ਇਸ ਮਾਰ ਥੱਲੇ ਆ ਜਾਊਗਾ ਹੁਣ ਜਿਹੜੀ ਗੱਲ ਮੁੱਕਦੀ ਆ ਉਹ ਗੱਲ ਇਹ ਆ ਵੀ ਜਿਹੜੀਆਂ ਫਸਲਾਂ ਚ ਘੱਟ ਪਾਣੀ ਲੱਗਦਾ ਘੱਟ ਮਸ਼ੀਨਰੀ ਲੋੜ ਪੈਂਦੀ ਹੈ ਉਧਰੋਂ ਦਾ ਜ਼ਿਮੀਂਦਾਰ ਨੂੰ ਹਟਾਤਾ ਕਿਉਂਕਿ ਉਹ ਫਸਲਾਂ ਦੀ ਬੇਕਦਰੀ ਕਰਦੇ ਉਹਨਾਂ ਨੂੰ ਲੈਂਦੇ ਨਹੀਂ ਵੇਚਦੇ ਨਹੀਂ ਜੇ ਕਿਸੇ ਪਾਸੇ ਜਿਹੜੀ ਫਸਲ ਨਾਲ ਪਾਣੀ ਖਪਤ ਹੁੰਦਾ ਮਹਿੰਗੀ ਮਸ਼ੀਨਰੀ ਲੋੜ ਪੈਂਦੀ ਹੈ ਉਹਨੂੰ ਛੇਤੀ ਖਰੀਦਦੇ ਆ ਉਹਦੇ ਪੈਸੇ ਵੀ ਦੇ ਦਿੰਦੇ ਆ ਕੁੱਲ ਮਿਲਾ ਕੇ ਕੀ ਜ਼ਿਮੀਂਦਾਰ ਛੋਣੇ ਵਾਲੇ ਪਾਸੇ ਲੱਗੇ ਰਹਿਣ ਲੱਗੇ ਰਹਿਣ ਹੌਲੀ ਹੌਲੀ ਇਹਨਾਂ ਦੇ ਪਾਣੀ ਦਾ ਲੈਵਲ ਵੀ ਡਾਊਨ ਹੋ ਜਾਊਗਾ ਹੁਣ ਤੁਸੀਂ ਦੇਖੋ ਜਿਹੜਾ ਹੁਣ ਗੰਨੇ ਦੇ ਬੀਜ ਨਵੇਂ ਆਉਣ ਲੱਗੇ ਉਸ ਗੰਨੇ ਤੋਂ ਗੁੜ ਪੈਦਾ ਨਹੀਂ ਹੁੰਦਾ ਸਿੱਧੀ ਚੀਨੀ ਪੈਦਾ ਹੁੰਦੀ ਹੈ ਉਹਨਾਂ ਨੂੰ ਪਤਾ ਹੈ ਵੀ ਜੇ ਗੁੜ ਪੈਦਾ ਹੋਊਗਾ ਜ਼ਿਮੀਂਦਾਰ ਘਰੇ ਗੰਨਾ ਲਾਊ ਕੱਲੂ ਖਿਲਾੜੀ ਲਾ ਕੇ ਗੁੜ ਬਣਾ ਲਊਗਾ ਆਪਣੇ ਦੋ ਵੀ ਚੀਜ਼ ਉਹਨਾਂ ਨੇ ਖੋਲੀਆਂ ਉਹਨਾਂ ਨੇ ਬੀਜ ਹੁਣ ਉਸ ਕੰਨੇ ਤੋਂ ਚੀਨੀ ਪੈਦਾ ਹੁੰਦੀ ਆ ਬਟ ਗੁੜ ਨਹੀਂ ਪੈਦਾ ਹੁੰਦਾ ਆਪਾਂ ਕੰਪਨੀ ਦੇ ਅਧੀਨ ਚਲੇ ਗਏ ਬਈ ਹੁਣ ਜਿਹੜੀ ਸਰੋਂ ਹਾਈਬ੍ਰਿਡ ਆਉਂਦੀ ਆ ਬਈ ਉਹ ਸਰੋਂ ਚੋਂ ਸਰੋਂ ਦਾ ਤੇਲ ਨਹੀਂ ਪ੍ਰੋਪਰ ਨਿਕਲਦਾ ਬਹੁਤ ਘੱਟ ਮਾਤਰਾ ਚ ਨਿਕਲਦਾ ਤੇ ਉਹੀ ਸਰੋਂ ਜਦੋਂ ਫੈਕਟਰੀਆਂ ਚ ਜਾਵੜੀ ਕੈਮੀਕਲ ਪਾ ਕੇ ਉਹ ਤੇਲ ਵੀ ਕੱਢ ਲੈਣਗੇ ਪਰ ਜ਼ਿੰਮੇਵਾਰ ਫੈਕਟਰੀ ਨਹੀਂ ਲੱਸਦਾ ਕਿੱਥੋਂ ਕੈਮੀਕਲ ਪਾ ਲੂ ਇੰਨਾ ਜ਼ਿੰਮੇਵਾਰ ਕੋਲੇ ਪ੍ਰੋਜੈਕਟ ਨਹੀਂ ਹੁੰਦਾ ਉਹ ਗੱਲ ਆ ਵੀ ਆਪਣਾ ਗਲਾ ਘੁੱਟਿਆ ਜਾ ਰਿਹਾ ਪਰ ਉਹ ਹੌਲੀ-ਹੌਲੀ ਗਲਾ ਘੁੱਟ ਰਿਹਾ ਹੌਲੀ ਹੌਲੀ ਆਪਾਂ ਦੀ ਜਦੋਂ ਜ਼ਮੀਨਾਂ ਦਾ ਪਾਣੀ ਖਤਮ ਕਰ ਲੇ ਤਾਂ ਉਸ ਤੋਂ ਬਾਅਦ ਜਦੋਂ ਆਪਾਂ ਦੇਖਿਆ ਵੀ ਹੁਣ ਬਰਾਨੀਆਂ ਹੋ ਗਈਆਂ ਹੁਣ ਫਸਲਾਂ ਨਹੀਂ ਹੁੰਦੀਆਂ ਕੀ ਕਰਾਂਗੇ ਕੀ ਕਰਾਂਗੇ ਮਾਰੇ ਜਾਵਾਂਗੇ ਉਸ ਤੋਂ ਬਾਅਦ ਆਪਣੀ ਜ਼ਮੀਨਾਂ ਆਪਾਂ ਉਹਨਾਂ ਨੂੰ ਸੌਂਪ ਦੇਾਂਗੇ ਜਦੋਂ ਹੱਦੋਂ ਜ਼ਿਆਦਾ ਕਰਜ਼ਾਈ ਹੋ ਗਏ ਫਸਲਾਂ ਨਾ ਹੋਈ ਆਪਾਂ ਉਹਨਾਂ ਨੂੰ ਸੌਂਪਾਂਗੇ ਉਸ ਤੋਂ ਬਾਅਦ ਉਹ ਉਹ ਫਸਲਾਂ ਬੀਜਣਗੇ ਜਿਹੜੀਆਂ ਤੋਂ ਆਪਾਂ ਨੂੰ ਉਹਨਾਂ ਨੇ ਘਾਟੇ ਵਾਲੇ ਸੌਦੇ ਬਣਾਤੇ ਦਾਲਾਂ ਹੋ ਗਈਆਂ ਆਹ ਗੰਨਾ ਹੋ ਗਿਆ ਹੋਰ ਸਬਜ਼ੀਆਂ 'ਚ ਪਾਣੀ ਦੀ ਬਹੁਤ ਘੱਟ ਲੋੜ ਪੈਂਦੀ ਆ ਫਿਰ ਉਹ ਫਸਲਾਂ ਬੀਜੀਆਂ ਜਾਣਗੀਆਂ ਇਕ ਸਾਰਾ ਤਾਮਾ ਜਾਮਾ ਤਾਂ ਕੀਤਾ ਜਾਂਦਾ ਹੈ ਕਿ ਆਪਾਂ ਨੂੰ ਉਸ ਫਸਲ ਵਾਸਤ ਵੱਲ ਤੱਕਿਆ ਜਾਂਦਾ ਜਿੱਦੇ ਚ ਮਹਿੰਗੀ ਤੋਂ ਮਹਿੰਗੀ ਮਸ਼ੀਨਰੀ ਲੋੜ ਹੈ ਵੱਡੇ ਟਰੈਕਟਰਾਂ ਦੀ ਲੋੜ ਹੈ ਵੱਧ ਤੋਂ ਵੱਧ ਜ਼ਮੀਨ ਦਾ ਪਾਣੀ ਖਪਤ ਲੋ ਹੋਵੇ ਰੇਹਾਂ ਸਪ੍ਰੇਾਂ ਵੱਧ ਤੋਂ ਵੱਧ ਯੂਜ਼ ਹੋਣ ਇਸ ਕਰਕੇ ਉਹਨਾਂ ਨੇ ਹਾਈਬ੍ਰਿਡ ਬੀਜ ਲਿਆਂਦੇ ਗਏ ਹਾਈਬ੍ਰਿਡ ਬੀਜ ਦੇ ਆਪਣਾ ਖਾਣਦਾਨ ਡੁਪਲੀਕੇਟ ਕੀਤਾ ਆਪਣੇ ਤੋਂ ਘਰੇ ਜਿਹੜੇ ਬੀ ਆਪ ਪੈਦਾ ਕਰਤੀ ਉਹ ਖੋਲੇ ਤੇ ਆਪਾਂ ਨੂੰ ਝੋਨੇ ਵਾਲੇ ਪਾਸੇ ਤੱਕਿਆ ਗਿਆ ਜਿਹੜੀਆਂ ਲੱਖਾਂ ਫੈਕਟਰੀਆਂ ਚੱਲਦੀਆਂ ਨੇ ਗੰਦਾ ਪਾਣੀ ਧਰਤੀ ਦੇ ਨਾਲ ਤਾਂ ਪੈਂਦਾ ਉਹਨਾਂ ਦਾ ਕੋਈ ਵੀ ਨਾਮ ਨਹੀਂ ਲੈਂਦਾ ਸਿਰਫ ਜੀਵੀਦਾਰ ਦੀ ਪ੍ਰਾਲੀ ਸਾੜੀ ਦਾ ਨਾਮ ਲਿਆ ਜਾਂਦਾ ਹੈ ਕਿਉਂਕਿ ਜੀਵੀਦਾਰਾਂ ਨੂੰ ਮਹਿੰਗੀ ਮਸ਼ੀਨਰੀ ਵੇਚਣੀ ਆ ਉਹਨਾਂ ਨੇ ਲੱਖਾਂ ਰੁਪਿਆਵਾਂ ਦੀ ਇਸ ਕਰਕੇ ਭਰਾਵੋ ਇਹ ਜਮੀਨਾ ਆਪਾਂ ਸੋਚਦੇ ਆ ਵੀ ਇਹ ਜਮੀਨਾ ਕਿਵੇਂ ਖੋਣਗੇ ਜਮੀਨਾ ਆਪਾਂ ਨੂੰ ਦੇਣੀਆਂ ਹੀ ਪੈਣਗੀਆਂ ਕਿਨੱਕ ਦੇ ਕਿਉਂਕਿ ਮਹਿੰਗੀ ਮਸ਼ੀਨਰੀ ਲੈ ਲਈ ਆਪਾਂ ਨੂੰ ਕਰਜ਼ਾ ਚੁਕਾਉਣਾ ਪਊਗਾ ਵੱਧ ਤੋਂ ਵੱਧ ਜ਼ਿਮੀਦਾਰ ਨੂੰ ਕਰਜ਼ਾਈ ਕਿਵੇਂ ਕਰਨਾ ਹੈ ਇਹ ਵੀ ਇਹਨਾਂ ਨੇ ਸੋਚਿਆ ਵੀ ਵੱਧ ਤੋਂ ਵੱਧ ਕਰਜ਼ਾਈ ਕਿਵੇਂ ਕਰੋ ਮਹਿੰਗੀ ਇਹਨਾਂ ਨੂੰ ਮਸ਼ੀਨਰੀ ਵਿੱਚ ਉਹਨਾਂ ਨੂੰ ਕਰਜ਼ਾਈ ਕਰੋ ਮੱਝਾਂ ਆਪਣੇ ਘਰ ਉਹਨਾਂ ਨੇ ਕਢਾਤੀਆਂ ਉਹ ਵੀ ਘਾਟੇ ਵਾਲਾ ਸੌਦਾ ਬਣਾਤਾ ਵੀ ਤੁਸੀਂ ਇਹ ਕਦੇ ਇਕੱਲੇ ਬਹਿ ਕੇ ਸੋਚਿਓ ਵੀ ਜਿਹੜੀ ਚੀਜ਼ ਦਾ ਬਹੁਤ ਘੱਟ ਦੁੱਧ ਹੈ ਦੁੱਧ ਬਹੁਤ ਘੱਟ ਉਤਪਾਦਨ ਹੋ ਰਿਹਾ ਹੈ ਦੰਨਾ ਬਹੁਤ ਘੱਟ ਉਤਪਾਦਨ ਹੈ ਪੰਜਾਬ ਦੇ ਵਿੱਚ ਦਾਲਾਂ ਦੀ ਖੇਤੀ ਪੰਜਾਬ 'ਚ ਜਵਾਂ ਨਹੀਂ ਹੈਗੀ ਉਹ ਪੰਜਾਬ 'ਚ ਰੋਲਦੀਆਂ ਨੇ ਉਹਨਾਂ 'ਚ ਪੰਜਾਬ 'ਚ ਕੋਈ ਕਦਰ ਨਹੀਂ ਪਰ ਇੱਕ ਪਾਸੇ ਝੋਨਾ ਪੰਜਾਬ 'ਚ ਬਹੁਤ ਵੱਡੀ ਮਾਤਰਾ 'ਚ ਹੁੰਦਾ ਉਹਨੂੰ ਖਰੀਦਿਆ ਵੀ ਛੇਤੀ ਜਾਂਦਾ ਉਹਦੀ ਪੇਮੈਂਟ ਵੀ ਛੇਤੀ ਕੀਤੀ ਜਾਂਦੀ ਹੈ ਤਾਂ ਇਹ ਤੁਸੀਂ ਆਪ ਦਿਮਾਗ ਨਾਲ ਸੋਚੋ ਵੀ ਸਾਨੂੰ ਕਿਹੜੇ ਪਾਸੇ ੱਟਕਿਆ ਜਾ ਰਿਹਾ ਹੈ ਮੈਂ ਕੋ ਯਾਨੀ ਕਿ ਮੈਂ ਬਾੜਾ ਸਿਆਣਾ ਪਰ ਮੈਂ ਇਹ ਗੱਲਾਂ ਨੂੰ ਥੋੜਾ ਡੰਗਾਈ ਤੱਕ ਬੈ ਕੇ ਸੋਚਦਾ ਹੁੰਨਾ ਤੇ ਤੁਹਾਡੇ ਵਰਗੇ ਭਰਾਵਾਂ ਨਾਲ ਸ਼ੇਅਰ ਕਰਦਾ ਹੁੰਨਾ ਕਿ ਆਪਾਂ ਨੂੰ ਕਿਹੜੇ ਪਾਸੇ ਧੱਕਿਆ ਜਾ ਰਿਹਾ ਹੈ ਇੱਕ ਪਾਸੇ ਰੌਲਾ ਪਾਇਆ ਜਾ ਰਿਹਾ ਹੈ ਕਿ ਹਾਈ ਝੋਨੇ ਨੇ ਪਾਣੀ ਮਕਾ ਦੇਣਾ ਹਾਈ ਝੋਨੇ ਨੇ ਪਾਣੀ ਮਕਾ ਦੇਣਾ ਤੇ ਦੂਜੇ ਪਾਸੇ ਜਿਹੜੇ ਫਸਲਾਂ 'ਚ ਪਾਣੀ ਦੀ ਘੱਟ ਲੋੜ ਹੈ ਉਹਨਾਂ ਫਸਲਾਂ ਨੂੰ ਕਿਸ ਖਰੀਦ ਕੇ ਰਾਜੀ ਨਹੀਂ ਕੋਈ ਵੀ ਦੇਸ਼ ਹੁੰਦਾ ਹੈ ਉਹ ਦੇਸ਼ਾਂ ਨੂੰ سرمایہਦਾਰ ਲੋਕ ਚਲਾਉਂਦੇ ਆ ਸਰਕਾਰਾਂ سرمایہਦਾਰ ਲੋਕ ਬਣਾਉਂਦੇ ਆ ਬਾਈ ਜਿਹੜੇ ਸਰਮਾਇਦਾਰ ਲੋਕ ਹੁੰਦੇ ਆ ਉਹਨਾਂ ਦੀਆਂ ਹੀ ਕੰਪਨੀਆਂ ਹੁੰਦੀਆਂ ਨੇ ਉਹਨਾਂ ਦੀਆਂ ਹੀ ਫੈਕਟਰੀਆਂ ਹੁੰਦੀਆਂ ਨੇ ਤਾਂ ਉਹਨਾਂ ਨੇ ਆਪਾਂ ਨੂੰ ਆਪਦੇ ਅਧੀਨ ਕਿੱਦਾਂ ਚਲਾਉਣਾ ਹੈ ਕਿੱਦਾਂ ਗੁਲਾਮ ਬਣਾਉਣਾ ਹੈ ਇਹ ਹੀ ਮੰਨ ਲਾ ਉਹਨਾਂ ਦੀਆਂ ਜਿਹੜੇ ਪਲਾਨ ਹੁੰਦੇ ਨੇ ਇਹ ਹੀ ਸਾਲਾਂ ਦੇ ਸਿਸਟਮ ਹੁੰਦੇ ਨੇ ਕੋਈ ਦਿਨਾਂ ਦਾ ਕੰਮ ਨਹੀਂ ਹੁੰਦਾ ਹੁਣ ਆਪਣੇ ਗਲ ਚ ਉਹਨਾਂ ਰੱਸਾ ਪਾਇਆ ਹੋਇਆ ਹੌਲੀ ਹੌਲੀ ਘੁੱਟ ਰੇਣੇ ਆਪਾਂ ਨੂੰ ਮਹਿਸੂਸ ਨਹੀਂ ਹੋ ਰਿਹਾ ਪਰ ਇੱਕ ਨਾ ਇੱਕ ਦਿਨ ਆਪਣਾ ਇਹ ਗਲ ਚੰਗੀ ਤਰ੍ਹਾਂ ਘੁੱਟਿਆ ਜਾਊਗਾ ਤੇ ਉਸ ਦਿਨ ਆਪਣੀਆਂ ਜ਼ਮੀਨਾਂ ਆਪਣੇ ਹੱਥੋਂ ਚਲੀਆਂ ਜਾਣਗੀਆਂ ਜਿਹੜੇ ਵੱਡੇ ਵੱਡੇ ਰੋਡ ਬਣ ਰਹੇ ਨੇ ਇਹ ਸਾਬ ਕੁਛ ਤਾਂ ਮਾਜਾ ਮਾ ਹੌਲੀ ਹੌਲੀ ਸੈੱਟ ਹੋ ਰਿਹਾ ਬਾਲੀ ਮਾਤਰਾ ਚ ਆਪਣੇ ਜਵਾਕ ਬਾਹਰ ਜਾ ਚੁੱਕੇ ਐ ਦੇ ਜਿਹੜੇ ਇਧਰ ਰਹਿ ਚੁੱਕੇ ਆ ਉਹ ਹੌਲੀ ਹੌਲੀ ਉਹਨਾਂ ਦਾ ਗਲਾ ਕੁੱਟਦੇ ਜਾਣਗੇ ਜੇ ਵੀਡੀਓ ਨੂੰ ਤੁਹਾਨੂੰ ਲੱਗੇ ਵੀ ਕੰਮ ਦੀ ਤਾਂ ਸ਼ੇਅਰ ਕਰ ਦਿਓ ਬਈ ਕਮੈਂਟ ਕਰਕੇ ਦੱਸਿਓ ਵੀ ਜ਼ਰੂਰ ਵੀ ਤੁਸੀਂ ਮੇਰੀ ਇਸ ਗੱਲ ਨਾਲ ਸਹਿਮਤ ਹੋ ਬਈ